ਇੱਕ ਬੰਦਾ ਜੰਗਲ ਵਿੱਚ ਜਾ ਰਿਹਾ ਆਈ ਅਤੇ ਉਹਨੂੰ ਭੁੱਖ ਲੱਗ ਗਈ। ਉਹਦੇ ਕੋਲ ਆਈ ਥੋੜ੍ਹਾ ਜਿਹਾ ਆਟਾ ਕੱਪੜੇ ਦੇ ਵਿੱਚ ਪਾ ਕੇ ਨਾ, ਅਤੇ ਉਸ ਕੰਨ ਮਗਰੂ ਸੱਟੇ ਹੋਏ ਪੰਜ। ਟੁਰਦਿਆਂ ਟੁਰਦਿਆਂ ਉਸ ਵੇਖਿਆ ਇੱਕ ਘਰ ਆਇਆ ਅਤੇ ਉਸਨੂੰ ਇੱਕ ਬੁੱਢੜੀ ਮਾਈ ਨਜ਼ਰ ਆਈ। ਉਸ ਆਖਿਆ, ਅੰਮਾ ਗੱਲ ਇਹ, ਮੈਨੂੰ ਲੱਗੀ ਹੋਈ ਹੈ ਭੁੱਖ, ਇਹ ਮੈਨੂੰ ਰੋਟੀਆਂ ਤਾਂ ਪਕਾ ਦੇ, ਆਟਾ ਮੇਰੇ ਕੋਲ ਹੈ। ਉਸ ਆਖਿਆ, ਦੇ ਮੇਰਾ ਬੱਚੜਾ, ਮੈਂ ਤੈਨੂੰ ਪਕਾ ਦਿੰਦੀ ਹਾਂ। ਉਸ ਆਟਾ ਲਿਆ, ਉਸ ਬਰਤਨ ਦੇ ਵਿੱਚ ਆਟਾ ਪਾਇਆ ਅਤੇ ਵਿੱਚ ਪਾਣੀ ਪਾਇਆ। ਆਟਾ ਲਾਉਣ ਦੀ ਬੈਠੀ ਆਏ ਅਤੇ ਉਸ ਪੁੱਛਿਆ, ਅੰਮਾ ਇਹ ਗਾਂ ਕਹਿੰਦੀ ਹੈ? ਉਸ ਆਖਿਆ, ਮੇਰਾ ਪੁੱਤਰ, ਮੇਰੀ ਗਾਂ ਹੈ, ਇਹੋ ਮੇਰਾ ਸਹਾਰਾ ਹੈ। ਮੈਂ ਸਾਰਾ ਦਿਨ ਇਹਨੂੰ ਚਰਾਈਨੀ ਹਾਂ, ਇਹਨੂੰ ਪਾਣੀ ਪਿਵਾਈਨੀ ਹਾਂ, ਇਹਨੂੰ ਪੱਠੇ ਪੈਨੀ ਹਾਂ, ਇਹੋ ਮੇਰਾ ਸਹਾਰਾ। ਮੈਂ ਇਕੱਲੀ ਰਹਿੰਦੀ ਹਾਂ ਇੱਥੇ, ਆਰੇ ਲੱਗੀ ਰਹਿੰਦੀ। ਉਸ ਆਖਿਆ, ਅੰਮਾ ਜੇ ਗਾਂ ਮਰ ਜਾਵੇ ਤਾਂ ਵੱਧ ਕੇ ਕਰੇ ਸੀ? ਉਸ ਆਖਿਆ, ਮੂੰਹ ਚੰਗਾ ਨਾ ਹੋਵੇ, ਬੰਦਾ ਗੱਲ ਤਾਂ ਚੰਗੀ ਕਰੇ। ਇੱਕ ਮੈਂ ਤੈਨੂੰ ਰੋਟੀ ਪਕਾ ਕੇ ਦਿੰਦੀ ਪਈ ਹਾਂ, ਤੂੰ ਮੈਨੂੰ ਬਦੁਆਵਾਂ ਦਿੰਦਾ ਪਈ ਹਾਂ। ਇਹ ਲਫਾ ਦਾ ਆਪਣਾ ਆਟਾ ਸੁੰਝੇ ਸੀਨਾ ਆਟਾ ਜਿਵੇਂ ਲੋਈ ਬੈਠੀ ਆਈ, ਉਂਝੇ ਉਸ ਕੱਪੜੇ ਦੇ ਵਿੱਚ ਪਾਇਆ ਅਤੇ ਆ ਕੇ ਉਹਨੂੰ ਦੇ ਚੁੱਕਿਆ। ਉਸ ਆਖਿਆ, ਚੱਲ ਨਿਕਲ ਇੱਥੋਂ। ਪਾ ਉਸ ਮੋਢੇ 'ਤੇ ਸਾਡੇ ਆਟਾ ਤੁਰ ਪਿਆ ਅਤੇ ਉਂਝੇ ਚੋਂਦਾ ਵਜਦਾ ਹੋਵੇ ਵਿੱਚੋਂ ਚੁਆ ਕੇ ਡਾਂਦੇ ਵਜ। ਅੱਗੋਂ ਇੱਕ ਬੰਦਾ ਮਿਲਿਆ, ਉਸ ਆਖਿਆ, ਇਹ ਕੇਸ਼ਾ ਲਈ ਵਜਨਾ ਅਤੇ ਚੁਆ ਕੇ ਘੇ ਡਾਂਦੇ ਵਜਦੇ ਨੇ? ਉਸ ਆਖਿਆ, ਇਹ ਮੇਰੀ ਜ਼ਬਾਨ ਦਾ ਰਸ। ਉਸ ਆਖਿਆ, ਜ਼ਬਾਨ ਦਾ ਰਸ? ਉਸ ਆਖਿਆ, ਹਾਂ। ਉਹ ਸਾਰੀ ਕਹਾਣੀ ਸੁਣਾਈ। ਉਸ ਆਖਿਆ, ਕੋਈ ਚੰਗੀ ਗੱਲ ਕਰੇ ਦਮ ਜਾਂ ਚੁੱਪ ਕਰਕੇ ਬੈਠਾ ਰਹਿੰਦਮ ਤਾਂ ਮੈਨੂੰ ਰੋਟੀਆਂ ਪੱਕੀਆਂ ਹੋਈਆਂ ਮਿਲਣਾ। ਮੈਂ ਇਹ ਗੱਲ ਕੀਤੀ ਅਤੇ ਇਹ ਮੈਨੂੰ ਮਿਲ ਗਿਆ, ਮੇਰੀ ਜ਼ਬਾਨ ਦਾ ਰਸ। ਮਿੱਠੀ ਜ਼ਬਾਨ ਹਰ ਕਹਿਣ ਨੂੰ ਚੰਗੀ ਲੱਗਦੀ ਹੈ, ਕੌੜੀ ਜ਼ਬਾਨ ਕਹਿਣ ਨੂੰ ਨਹੀਂ ਚੰਗੀ ਲੱਗਦੀ। ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਸੀ। ਅਗਰ ਪਸੰਦ ਆਈ ਹੋਵੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਬਹੁਤ ਮਿਹਰਬਾਨੀ। ਅੱਲਾ ਹਾਫਿਜ਼।